ਸਾਂਝੀ ਵਾਸ ਦੇ ਪ੍ਰੋਗਰਾਮ ਇਤਿਹਾਸ ਦੇ ਪੰਨੇ ਵਿੱਚ ਇੱਕ ਵਾਰੀ ਤੋਂ ਫਿਰ ਤੁਹਾਡਾ ਨਿੱਘਾ ਸਵਾਗਤ ਤੇ ਇਸ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਸਾਡੇ ਨਾਲ ਜੁੜਨਗੇ ਡਾਕਟਰ ਹਰਸ਼ਿੰਦਰ ਕੌਰ ਜੀ ਤੇ ਅੱਜ ਦਾ ਸਾਡਾ ਟੌਪਿਕ ਰਹੇਗਾ ਔਰਤਾਂ ਦੇ ਉੱਪਰ ਤਸ਼ੱਦਦ। ਗੱਲ ਕਰਾਂਗੇ ਅਸੀਂ ਡਾਕਟਰ ਹਰਸ਼ਿੰਦਰ ਕੌਰ ਜੀ ਦੇ ਨਾਲ ਕਿ ਕਿਸ ਤਰ੍ਹਾਂ ਔਰਤ ਸਦੀਆਂ ਤੋਂ ਜ਼ੁਲਮ ਦਾ ਸ਼ਿਕਾਰ ਰਹੀ। ਅੱਜ ਬੇਸ਼ੱਕ ਅਸੀਂ ਗੱਲ ਕਰਦੇ ਹਾਂ ਕਿ ਔਰਤ ਨੂੰ ਉਸਦੇ ਬਰਾਬਰ ਦੇ ਹੱਕ ਮਿਲ ਗਏ ਨੇ, ਵਿਮੈਨ ਐਮਪਾਵਰਮੈਂਟ ਦੀ ਗੱਲ ਕਰਦੇ ਹਾਂ, ਇਕੁਐਲਿਟੀ ਦੀ ਗੱਲ ਕਰਦੇ ਹਾਂ, ਪਰ ਕੀ ਉਸ ਨੂੰ ਸੱਚੀ ਮੁੱਚੀ ਉਸਦੇ ਅਧਿਕਾਰ ਮਿਲ ਰਹੇ ਨੇ? ਕੀ ਉਸਦੀ ਬਣਦੀ ਹੋਈ ਇੱਜ਼ਤ ਕੀ ਉਸਨੂੰ ਮਿਲ ਰਹੀ ਹੈ? ਕਿੰਨਾ ਕੁ ਤਸ਼ੱਦਦ ਹੁੰਦਾ ਉਹਨਾਂ ਦੇ ਨਾਲ? ਔਰ ਖਾਸ ਤੌਰ 'ਤੇ ਉਹ ਵੀ ਗੱਲ ਕਰਾਂਗੇ ਕਿ ਵਰਦੀਆਂ ਦੇ ਵਿੱਚ ਜਿਹੜੇ ਸਾਡੀ ਹਿਫਾਜ਼ਤ ਕਰਨ ਵਾਸਤੇ ਜਿਹੜੇ ਪੁਲਿਸ ਆਫਿਸਰਸ ਹੁੰਦੇ ਆ, ਆਰਮੀ ਹੁੰਦੀ ਆ, ਉਹਨਾਂ ਨੇ ਅਸਲ ਵਿੱਚ ਨਾਗਰਿਕਾਂ ਦੀ ਰੱਖਿਆ ਕਰਨੀ ਹੁੰਦੀ ਆ, ਤੇ ਬਟ ਕਈ ਵਾਰੀ ਔਰਤਾਂ ਦੇ ਉੱਤੇ ਉਹਨਾਂ ਵੱਲੋਂ ਕਿਸ ਕਿਸ ਤਰ੍ਹਾਂ ਦੇ ਜ਼ੁਲਮ ਢਾਏ ਜਾਂਦੇ ਨੇ। ਸੋ ਆਓ ਗੱਲਬਾਤ ਕਰਦੇ ਹਾਂ ਡਾਕਟਰ ਹਰਸ਼ਿੰਦਰ ਕੌਰ ਜੀ ਦੇ ਨਾਲ। ਪ੍ਰੋਗਰਾਮ ਤੁਸੀਂ ਇਸ ਟਾਈਮ ਦੇਖ ਰਹੇ ਹੋ ਇਤਿਹਾਸ ਦੇ ਪੰਨੇ, ਤੇ ਆਓ ਵੈਲਕਮ ਕਰੀਏ ਡਾਕਟਰ ਹਰਸ਼ਿੰਦਰ ਕੌਰ ਜੀ। ਹਾਂਜੀ ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ ਹੈ ਤੁਹਾਡਾ, ਸਤਿ ਸ੍ਰੀ ਅਕਾਲ। ਹਾਂਜੀ, ਤੇ ਅੱਜ ਸਾਡੇ ਨਾਲ ਅਸੀਂ ਸਾਰੇ ਜਿੰਨੇ ਵੀ ਸੁਣ ਰਹੇ ਨੇ ਸਾਰਿਆਂ ਨੂੰ ਵੀ ਨਿੱਘੀ ਫਤਿਹ, ਕਿਉਂਕਿ ਬੜੇ ਚਿਰਾਂ ਬਾਅਦ ਆਪਾਂ ਰੂਬਰੂ ਹੋਏ ਆ, ਤੇ ਮੈਨੂੰ ਸੱਚੀ ਚਿੱਤ ਕਰਦਾ ਘੁੱਟ ਕੇ ਤੁਹਾਡੇ ਨਾਲ ਜੱਫੀ ਹੋਈ ਪਾ ਲਵਾਂ। ਬਹੁਤ ਬਹੁਤ ਸ਼ੁਕਰੀਆ। ਕਾਸ਼ ਇਹ ਕੋਵਿਡ ਜਿਹੜਾ ਛੇਤੀ ਛੇਤੀ ਖਤਮ ਹੋਵੇ ਤੇ ਸਾਰੇ ਅਸੀਂ ਫਿਰ ਇੱਕ ਵਾਰੀ ਮਿਲੀਏ। ਇਸ ਤਰ੍ਹਾਂ ਤੇ ਮਿਲਦੇ ਰਹਿੰਦੇ ਹਾਂ, ਬਟ ਉਹ ਗੱਲ ਨਹੀਂ ਬਣਦੀ ਜਿਹੜੇ ਕਿ ਆਪਾਂ ਕੋਲ ਜਾ ਕੇ ਕਿਸੇ ਨੂੰ ਮਿਲਦੇ ਹਾਂ, ਤੇ ਉਮੀਦ ਕਰਦੀ ਹਾਂ ਕਿ ਜਲਦੀ ਹੀ ਕੋਵਿਡ ਦੀ ਜਿਹੜੀ ਆ ਉਹ ਕਰੋਪੀ ਖਤਮ ਹੋਵੇ ਔਰ ਆਪਾਂ ਮਿਲੀਏ ਸਾਰੇ। ਜੀ ਬਿਲਕੁਲ, ਦੇਖੋ ਪਰਮਾਤਮਾ ਨੇ ਬਹੁਤ ਕੁਛ ਦਿੱਤਾ, ਬਹੁਤ ਸਾਰੀਆਂ ਸਾਡੇ ਧੀਆਂ ਭੈਣਾਂ ਬੜੀ ਉੱਚੀ ਪਦਵੀ ਤੇ ਵੀ ਪਹੁੰਚੀਆਂ ਨੇ, ਤਾਂ ਉਹਨਾਂ ਸਾਰਿਆਂ ਨੂੰ ਅਸੀਂ ਸ਼ੁਭ ਇੱਛਾਵਾਂ ਵੀ ਦਿੰਦੇ ਹਾਂ, ਅੱਗੋਂ ਵੀ ਹੋਰ ਤਰੱਕੀ ਕਰਨ। ਪਰ ਮੇਰਾ ਖਿਆਲ ਹੈ ਇਸ ਤਰ੍ਹਾਂ ਦੇ ਮਾਹੌਲ ਵਿੱਚ ਆ ਕੇ ਜੇ ਅਸੀਂ ਆਪਣੀਆਂ ਉਹ ਭੈਣਾਂ ਨੂੰ ਨਾ ਯਾਦ ਕਰੀਏ ਜਿਨ੍ਹਾਂ ਨੇ ਔਖੇ ਸਮੇਂ ਲੰਘਾਏ ਨੇ, ਤਸ਼ੱਦਦ ਸਹੇ ਨੇ, ਉਹਦੇ ਬਾਵਜੂਦ ਜ਼ਿੰਦਗੀ ਵਿੱਚ ਕੁਝ ਹਾਸਲ ਕੀਤਾ ਹੈ, ਤਾਂ ਉਹਨਾਂ ਦਾ ਜ਼ਿਕਰ ਕਰਨਾ ਜ਼ਰੂਰ ਬਣਦਾ ਹੈ। ਉਹ ਸ਼ਾਇਦ ਚਾਨਣ ਮੁਨਾਰਾ ਵੀ ਬਣ ਜਾਣ, ਰੋਸ਼ਨੀ ਦੀ ਕਿਰਨ ਵੀ ਬਣ ਜਾਣ ਹੋਰਨਾਂ ਲਈ ਜਿਹਨਾਂ ਲਈ ਇਹ ਸਮੇਂ ਆਉਣੇ ਨੇ। ਸ਼ੁਰੂ ਮੈਂ ਜਿਵੇਂ ਕਰਨਾ ਚਾਹਾਂਗੀ ਅਫਗਾਨਿਸਤਾਨ ਦੀਆਂ ਹੀ, ਉਹਨਾਂ ਔਰਤਾਂ ਦੀ ਜਿਹਨਾਂ ਦੀ ਇੰਟਰਵਿਊ ਦਿਲ ਕੰਬਾਊ ਸੀ, ਜਿਹੜੀ ਹੁਣ ਆਪਾਂ ਨੂੰ ਜ਼ਿਕਰ ਵੀ ਸ਼ਾਇਦ ਕਈਆਂ ਨੇ ਦੇਖਿਆ ਹੋਣਾ, ਨੈਸ਼ਨਲ ਟੈਲੀਵਿਜ਼ਨ ਤੇ ਵੀ ਆਈ, ਜਿਹਨਾਂ ਵਿੱਚ ਕਿਸ ਤਰੀਕੇ ਇੱਕ ਜਿਹੜੀ ਭਾਰਤ ਵਿੱਚ ਪਹੁੰਚੀ ਸੀ ਉਹ ਪੁਲਿਸ ਕਰਮੀ ਸੀ, ਆਪ ਪੁਲਿਸ ਦੇ ਵਿੱਚ ਸੀ, ਪਰ ਕਿਉਂਕਿ ਵਾਪਿਸ ਆ ਰਹੀ ਸੀ ਜਦੋਂ ਡਿਊਟੀ ਤੇ, ਉਹਨੂੰ ਤਾਲਿਬਾਨ ਨੇ ਦੇਖ ਲਿਆ ਤੇ ਕਿਸ ਤਰੀਕੇ ਉਹਨੂੰ ਘੜੀਸ ਕੇ ਕੱਢਿਆ, ਉਹਦੇ ਢਿੱਡ ਵਿੱਚ ਗੋਲੀਆਂ 8 ਮਾਰੀਆਂ, 35 ਚਾਕੂ ਵੀ ਵੱਜੇ ਸਨ, ਇਹਨਾਂ ਯਾਨੀ ਤਸ਼ੱਦਦ ਕਰਕੇ ਅੱਖਾਂ ਕੱਢ ਦਿੱਤੀਆਂ ਉਹਦੀਆਂ, ਕੱਢਣ ਤੋਂ ਬਾਅਦ ਉਹਨੂੰ ਮੁਰਦਾ ਸਮਝ ਕੇ ਸੜਕ ਦੇ ਕਿਨਾਰੇ ਸੁੱਟ ਦਿੱਤਾ ਵੀ ਕੁੱਤੇ ਚੂੰਡ ਕੇ ਖਾ ਲੈਣਗੇ, ਤੇ ਹੋਰਨਾਂ ਵੀ ਜਿਹੜੀਆਂ ਧੀਆਂ ਨੇ ਉਹਨਾਂ ਨੂੰ ਇੱਕ ਸਪਸ਼ਟ ਸੁਨੇਹਾ ਜਾਏਗਾ ਕਿ ਭਾਈ ਜੇ ਤੁਸੀਂ ਨੌਕਰੀ ਕਰਨ ਨਿਕਲੋਗੀਆਂ ਤਾਂ ਇਸ ਤਰ੍ਹਾਂ ਦੇ ਜ਼ੁਲਮ ਹੀ ਤੁਸੀਂ ਸਹੋਗੀਆਂ। ਤੋ ਉਹ ਕਿਵੇਂ ਉੱਥੋਂ ਦੇ ਪਤੀ ਨੇ ਉਹਨੂੰ ਚੁੱਕਿਆ, ਕਿਵੇਂ ਲੈ ਕੇ ਆਇਆ ਇੱਥੇ ਇੰਡੀਆ ਦੇ ਵਿੱਚ ਕਾਬੁਲ ਰਾਹੀਂ, ਉਹ ਉੱਥੋਂ ਏਅਰਪੋਰਟ ਤੋਂ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਵਿੱਚ ਪਹੁੰਚਿਆ, ਉਹਦਾ ਇਲਾਜ ਹੋਇਆ, 2 ਮਹੀਨੇ ਦਾ ਉਹਦਾ ਕੁੱਖ ਵਿੱਚ ਬੱਚਾ ਵੀ ਪਲ ਰਿਹਾ ਸੀ ਜਿਹੜਾ ਉਹ ਬਚਿਆ, ਕਿਵੇਂ ਪਰਮਾਤਮਾ ਦੀ ਹੋਈ ਕਿਰਪਾ, ਹੁਣ ਉਹ ਅੱਖਾਂ ਤੋਂ ਬਗੈਰ ਏ, ਪਰ ਉਹ ਪੁੱਛਦੀ ਇਹੋ ਹੈ ਕਿ ਦੱਸੋ ਮੇਰਾ ਗੁਨਾਹ ਕੀ ਏ, ਕਿ ਇੱਕ ਕੰਮ ਕਰਨ ਤੇ ਜਾਣਾ ਇੰਨਾ ਭਾਰੀ ਗੁਨਾਹ ਸੀ ਕਿ ਮੈਨੂੰ ਇਹ ਸਜ਼ਾ ਮਿਲੀ। ਇਹ ਗੱਲ ਨਵੰਬਰ 2020 ਦੀ ਏ ਜਦੋਂ ਉਹਦੇ ਨਾਲ ਇਹ ਵਾਪਰੀ ਸੀ ਘਟਨਾ, ਹੁਣ ਉਹ ਇੱਥੇ ਹੀ ਹੈ ਹਿੰਦੁਸਤਾਨ ਵਿੱਚ, ਪਰ ਉਹਨੂੰ ਵੀ ਉਹਦੇ ਨਾਲ ਹੀ ਉਹ ਇੱਕ ਹੋਰ ਜਿਹਦੀ ਗੱਲ ਕੀਤੀ ਗਈ ਉਹ ਸਟਾਫ ਨਰਸ ਸੀ, ਜਿਸ ਤਰੀਕੇ ਉਹਦੇ ਨਾਲ ਤਸ਼ੱਦਦ ਢਾਇਆ ਗਿਆ, ਉਹ ਵੀ ਆਤੀ ਸੀ ਕਿ ਡਿਊਟੀ ਤੇ ਉਹ ਵੀ ਇਸੇ ਤਰ੍ਹਾਂ ਜਾਣ ਸਦਕਾ ਉਹਨੂੰ ਵੀ ਇੰਨਾ ਜ਼ੁਲਮ ਸਹਿਣਾ ਪਿਆ, ਉਹਨੂੰ ਕਿਵੇਂ ਮਾਰ ਕੁਟਾਈ ਕੀਤੀ ਗਈ, ਕਿਵੇਂ ਉਹਦੇ ਨਾਲ ਤੱਕੋ ਜ਼ੋਰੀ, ਜਿਸ ਤਰੀਕੇ ਉਹਦਾ ਬਾਜ਼ਾਰ ਦੇ ਵਿੱਚ ਉਹਨੂੰ ਸਰੇਆਮ ਜਿਵੇਂ ਨਿਲਾਮ ਤੱਕ ਕਰਨ ਦੀ ਹਾਲਤ ਤੱਕ ਗਏ, ਤੇ ਕਿਵੇਂ ਉਹਦੀ ਆਪਣੀ ਹੀ ਸਕੀ ਵੱਡੀ ਭੈਣ ਦਾ ਸਿਰ ਤੋਂ ਚੁੰਨੀ ਤਿਲਕ ਜਾਣ ਕਾਰਨ ਜ਼ਮੀਨ ਹੇਠ ਦੱਬ ਦਿੱਤਾ ਗਿਆ ਸੀ, ਸਿਰਫ ਸਿਰ ਬਾਹਰ ਰੱਖ ਕੇ, ਤੇ ਉਹਦੇ ਪੱਥਰ ਮਾਰ ਮਾਰ ਕੇ ਭੀੜ ਨੇ ਉਹਨੂੰ ਜਾਨੋਂ ਮਾਰ ਦਿੱਤਾ,
यानी इस तरीके दे तशद्दद जो इस वेले सामने आए ने उन्हां विच गल करना चाहवांगी इक क्रोशिया ते बोस्निया विचली जंग दा जी जो सन 1991 तो 1995 तक चली सी। ओहदे विच फौजियां ने एक वख यानी एक अलग मिसाल ही कायम कर दिती जुलम दी जिदे विच दुनिया भर विच उस नूं नाम दे दिता गया एथनिक क्लीनजिंग या नसल कुशी का। ओहदे विच फौजियां नूं इह हुक्म दे दिता गया सी कि तुसीं जिन्नियां भी मुसलमान औरतां इत्थे मिलदियां ने जबरी उन्हां नाल समूहक बलात्कार कीता जाए ते जद तक उन्हां दे ढिड विच अंश ना इन्हां दा आ जावे ना फौजियां दा उदों तक उन्हां नूं कैद विच रखणा जे जदों तक वो प्रेगनेंट नहीं हो जांदियां ते समूहक बलात्कार दा शिकार रोज कीता गया। जरा अंदाजा ला लो कि एथनिक क्लीनजिंग दा मतलब है कि उन्हां दी पूरी नस्ल ही खत्म हो जाए ते जेड़ी भी कोई अगों आएगा वो सिर्फ इन्हां दा जीन ही तुरे। ये एक अजिहा ढंग उस समय शुरू होया दुनिया भर विच जिसने अगां जाके जिहड़ी आपां जिक्र करदे हां सन 2004 विच जदों कश्मीर विच एक 16 साल दी हमीदा बेटी सी जिस नाल भारतीय फौजी ने ही बलात्कार कीता उदों यही एथनिक क्लीनजिंग दे तहत ते किवें अंतरराष्ट्री पद्धर ते उदों आवाज उठी सी। उस समय भी इंग्लैंड दियां वक्खो वक्ख अखबारां च खबर छपी सी कि उदों फौजियां ने लगभग 100 कश्मीरी औरतां नाल इहो कुछ कीता। उस नूं आर्मी सर्च ऑपरेशन दा नाम दिता गया कि असीं उह कर रहे हां। उहदे विच सिर्फ ही ये बेटियां लभियां गईयां जिन्हां विच सब तों छोटी 11 साला सी बेटी ते सब तों वड्डी तुसीं हैरान होवोगे 60 साला औरत सी जिस नाल ये सारा जुल्म कीता गया शरीरक शोषण कीता गया। किस हद तक दा शोषण हुंदा है मैं चेते करवा दिया शायद किसी नूं भुल गया होए 11 जुलाई सन 2004 नूं दुनिया भर विच तहलका मचिया सी। सब अखबारां हर दुनिया दे विच मुख पन्ने ते उदों खबरां छपियां सी जिथे मणिपुर दियां औरतां नित्रियां सन बाजार दे विच ते उन्हां ने निर्वस्त्र हो के पूरे बैनर्स चुक के सड़कां ते आईयां सी आओ निर्लज हिंदुस्तानी सूरमियों सानू भी बलात्कार कर दियो। चेते होएगा ये नारा बड़ा बुलंद सी जदों उदों शुरू होया ते कारण जरा कप्पा जे जानना चाहिए क्योंकि मैं गल करांगी जो साडे कोल उहदी मौत तो बाद दियां जो पोस्टमार्टम रिपोर्ट्स ने जिथों समझ आ जाती है कि की वापरिया ते किन्ना क भयानक जुर्म उस समय इहनूं मन्निया जाना चाहिदा सी क्योंकि जिहड़ी थंग जां मनोरमा जिस नाल इह वापरिया सी जिस नूं 32 साल दी सी ते उहनूं बलात्कार करन बाद जिवें गोलियां नाल बिन्न के सुट दित्ता गया सी उह अद्धी कट्टी वड्डी लाश दा मैं तुहानूं हाल दस्सना चाहुंनी हां कि थाने तो पहली गल तां 3 किलोमीटर दूर उहदी लाश निर्वस्त्र करके कट वढ के सुट्टी सी ते क्या इह गया सी कि इत्थों भज्जण दी कोशिश करदी सी जिस सदका इहनूं गोलियां नाल बिन्न दित्ता गया। इक बूंद कह रही हां भी खून दी उहदे लाश दे आस पास नहीं सी। जे गोलियां नाल भुन्निया सी लहू तां उत्थे डुलना चाहीदा लहू सी। होना सी बिल्कुल। हुण इह देखो कि गोलियां नाल उहदी बिन्नी हुई लाश सी पूरे पूरा शरीर बिन्निया पिया सी फिर उहदे नाल अंदरूनी अंगां दे आस पास उहदे 24 गोलियां वज्जियां हुईयां सी अंदरूनी अंगां दे आस पास। लहू फिर भी नहीं सी उत्थे पट भी गोलियां नाल बिन्ने पए सी। फिर जो सेशन जज ने जो अल्टीमेटली उत्थों इंक्वायरी दौरान उहदे भी हंझू आ गए सन देख के भई इहदा हालत ये सी कि बलात्कार जिन्ने होए सी जिन्ने उन्ने तक पूरे सैंपल कलेक्ट नहीं सन हो रहे इन्ना बुरी तरह बिगाड़ दिता गया सी। जट्टी वाले राह दे विच उन्हों पा के वट्टे भर दिते गए सन ते 16 गोलियां उत्थे भी वज्जियां पईयां सन। फिर 37 जनियां दा तां डीएनए जिहड़ा वो लभिया गया उत्थों यानी 37 ने तां उहदा बलात्कार कीता। इस तों वध किन्ने सन वो अजे वो मतलब लभिया ही नहीं जा सकिया इस हालत विच ही। हुण मैनूं तुसीं दस दिओ कि किस तरीके ये औरत भज सकदी सी ते किस तरीके ये बिना लहू दे उत्थे पई सी ते किवें वड्डी टुक्की इस तों इलावा चाकुआं नाल सारे चीरे पाए हुए
ਪਰ ਲਹੂ ਦੀ ਇੱਕ ਵੀ ਬੂੰਦ ਨਾ ਬਚੀ ਹੋਵੇ ਸਰੀਰ ਅੰਦਰ, ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿੰਨਾ ਤਸ਼ੱਦਦ ਉਹਨੂੰ ਸਹਿਣਾ ਪਿਆ, ਜਦਕਿ ਉਹ ਬੇਦੋਸਤੀ ਸੀ, ਕੁਝ ਵੀ ਜੁਰਮ ਨਹੀਂ ਸੀ ਕੀਤਾ। ਸੋ ਇਹ ਜਿਹੜੇ ਜ਼ੁਲਮ ਢਾਏ ਗਏ ਸਨ ਇਹਦੇ ਉੱਤੇ, ਉਦੋਂ ਸੈਸ਼ਨ ਜੱਜ ਨੇ ਕਿਹਾ ਸੀ ਕਿ ਬੁੱਚੜਾਂ ਵਾਂਗ ਕਤਲ ਕੀਤਾ ਜੇ, ਸੈਸ਼ਨ ਜੱਜ, ਉਹ ਵੀ ਆਫਟਰ ਆਲ ਆਪ ਮੇਲ ਸੀ, ਪਰ ਉਹਦੇ ਕੋਲੋਂ ਵੀ ਬਰਦਾਸ਼ਤ ਨਹੀਂ ਹੋਇਆ ਕਿ ਇੰਨਾ ਜ਼ੁਲਮ ਆਖਰ ਕਿਉਂ। ਵੇਖੋ ਜਿਹੜੀ ਐਥਨਿਕ ਕਲੀਨਜ਼ਿੰਗ ਤਹਿਤ ਜੋ ਉਦੋਂ ਜੰਮੂ ਕਸ਼ਮੀਰ ਵਿੱਚ ਸਨ 1988 ਵਿੱਚ ਹੋਇਆ ਸੀ, ਉਹ ਵੀ ਬਿਆਨ ਨਹੀਂ ਕੀਤਾ ਜਾ ਸਕਦਾ ਜਿਸ ਤਰੀਕੇ CRPF ਦੇ ਵੀ ਜਵਾਨ ਸਨ, BSF ਦੇ ਵੀ ਸਨ, ਭਾਰਤੀ ਫੌਜੀ ਵੀ ਸਨ, ਇੱਥੋਂ ਤੱਕ ਕਿ ਕੁਝ ਸੋ ਕਾਲਡ ਅੱਤਵਾਦੀ ਜਿਨ੍ਹਾਂ ਨੇ ਦੇਖਿਆ ਕਿ ਸਿਰਫ ਹੀ ਬੇਟੀਆਂ ਦੇ ਬਲਾਤਕਾਰ ਹੀ ਹੋ ਰਹੇ ਨੇ ਤੇ ਅਸੀਂ ਵੀ ਕਿਉਂ ਪਿੱਛੇ ਰਹੀਏ, ਸੋ ਉਹ ਵੀ ਸ਼ਾਮਲ ਹੋਏ ਜਿਸ ਸਦਕਾ ਬੇਅੰਤ ਬੇਟੀਆਂ ਦੇ ਜੋ ਨਾਬਾਲਗ ਸਨ ਇਹਨਾਂ, ਯਾਨੀ ਜੋ ਦਾ ਲੱਗਦਾ ਸੀ ਉਹਨੂੰ ਫੜ ਕੇ ਢਾ ਲੈਂਦੇ ਸੀ, ਮਾਰ ਮੁਕਾ ਦਿੰਦੇ ਸੀ, ਇਹ ਹਾਲਤ ਉਸ ਸਮੇਂ ਹੋਈ ਜਿਹਦਾ ਨਾਮ ਫਿਰ ਉਹੀ ਦਿੱਤਾ ਗਿਆ ਕਿ ਅਸੀਂ ਐਥਨਿਕ ਕਲੀਨਜ਼ਿੰਗ ਕਰ ਰਹੇ ਹਾਂ, ਕਿਸ ਥਾਂ ਤੇ ਕਦੇ ਕੋਈ ਅੱਤਵਾਦੀ ਪੈਦਾ ਨਹੀਂ ਹੋਏਗਾ, ਜਿਵੇਂ ਹਰ ਬੇਟੀ ਅੱਤਵਾਦੀ ਹੀ ਪੈਦਾ ਕਰੇਗੀ ਅੱਗੋਂ ਆ ਕੇ, ਤਾਂ ਫਿਰ ਇਹ ਕੌਣ ਸਨ ਜਿਹੜੇ ਇਹੋ ਜਿਹੇ ਕਾਰਾ ਕਰ ਰਹੇ ਸਨ। ਫਿਰ ਇੱਥੇ ਹੀ ਗੱਲ ਨਹੀਂ ਹੋਈ ਖਤਮ, ਹਿਊਮਨ ਰਾਈਟਸ ਵਾਚ ਦੇ ਨੁਮਾਇੰਦਿਆਂ ਨੇ ਅਲਟੀਮੇਟਲੀ ਆਵਾਜ਼ ਚੁੱਕੀ, ਜਿਨ੍ਹਾਂ 'ਚ ਵੱਡੀ ਗਿਣਤੀ ਮੇਲ ਮੈਂਬਰ ਸਨ, ਕਿ ਬਸ ਕਰੋ ਹੁਣ ਇਹ ਜ਼ੁਲਮ ਬਰਦਾਸ਼ਤ ਤੋਂ ਬਾਹਰ ਹੈ, ਬਸ ਕਰੋ। ਸੋ ਉਹਨਾਂ ਨੇ ਇਹ ਔਰਤਾਂ ਦੇ ਕੀਤੇ ਬਲਾਤਕਾਰ ਫਿਰ ਵੱਢ ਟੁੱਕ ਕੇ ਜਾਂ ਗੋਲੀਆਂ ਮਾਰ ਕੇ ਉਹਨਾਂ ਨੂੰ ਮਾਰ ਦੇਣਾ, ਜਾਂ ਫਿਰ ਕਈ ਥਾਂ ਅਜਿਹੇ ਸਨ ਜਿੱਥੇ ਮਰਦਾਂ ਨੂੰ ਜ਼ੁਲਮ ਕਰਨਾ ਸਾਹਮਣੇ ਬਿਠਾ ਕੇ, ਤਾਂ ਫਿਰ ਔਰਤ ਨੂੰ ਜ਼ਬਰਦਸਤੀ ਤਸ਼ੱਦਦ ਕਰਨਾ ਵੀ ਤੇਰੇ ਪਿਓ ਨੂੰ ਮਾਰ ਦੇਵਾਂਗੇ ਜਾਂ ਤੇਰੇ ਪਤੀ ਨੂੰ ਮਾਰਨ ਲੱਗੇ ਹਾਂ, ਤੇ ਫਿਰ ਉਹਨਾਂ ਨੂੰ ਪੁੱਠਾ ਟੰਗ ਕੇ ਕੁੱਟਣਾ, ਤੇ ਫਿਰ ਇਹਨਾਂ ਨੂੰ ਜਬਰੀ ਕਰਵਾਉਣਾ ਦੇ ਸਾਹਮਣੇ, ਜਿਵੇਂ ਸਮੂਹਕ ਬਲਾਤਕਾਰ ਹੋਣਾ, ਇਹੋ ਜਿਹੇ ਹਾਦਸਿਆਂ ਨੇ ਉੱਥੋਂ ਦੇ ਪਿਤਾ ਸਾਰੇ, ਭਰਾ ਸਾਰੇ, ਪੁੱਤਰਾਂ ਨੂੰ ਖੜੇ ਕਰ ਦਿੱਤਾ ਕਿ ਅਸੀਂ ਆਵਾਜ਼ ਚੁੱਕਣੀ ਹੈ। ਸੋ ਉਹ ਹਿਊਮਨ ਰਾਈਟ ਵਾਚ ਸੀ ਜਿਨ੍ਹਾਂ ਨੇ ਸੰਨ 1990 ਵਿੱਚ ਕਾਫੀ ਤਗੜਾ ਇਸ ਦੇ ਵਿਰੁੱਧ ਆਵਾਜ਼ ਚੁੱਕੀ, ਪਰ ਉਹਦੇ ਵਿੱਚੋਂ ਇਹਨਾਂ ਸਾਰਿਆਂ ਨੂੰ ਮਾਰ ਮੁਕਾ ਦਿੱਤਾ ਗਿਆ, ਬੜਿਆਂ ਨੂੰ ਜਬਰੀ, ਕੁੜੀਆਂ ਨੂੰ ਵਿਆਹ ਦਿੱਤਾ ਗਿਆ, ਕੁਝ ਸੈਕਸ ਟ੍ਰੇਡ ਵਿੱਚ ਭੇਜ ਦਿੱਤੀਆਂ ਗਈਆਂ। ਤਾਂ ਫਿਰ ਜਦੋਂ ਅੱਤ ਹੋ ਗਈ 1992 ਵਿੱਚ, ਹਰ ਆਮ ਬੰਦਾ ਸੜਕਾਂ ਤੇ ਉਤਰਿਆ, ਉਦੋਂ ਜਿਹੜੀ ਉਸ ਤੋਂ ਲਗਾਤਾਰ ਜੋ ਤੁਸੀਂ ਹਿਸਾਬ ਲਾਇਓ 1992 ਤੋਂ ਸ਼ੁਰੂ ਹੋਇਆ, ਸੰਨ 2010 ਵਿੱਚ ਫਿਰ ਅਮੈਰੀਕਾ ਨੇ ਅਲਟੀਮੇਟਲੀ ਇਸ਼ੂ ਚੱਕਿਆ, ਪਰਦਾ ਫਾਸ਼ ਹੋਇਆ ਕਿ ਬਸ ਵੀ ਕਰੋ, ਕਿ ਹਿਊਮਨ ਰਾਈਟਸ ਕਿੱਥੇ ਉੜ ਗਏ, ਕਿ ਉਹਨੂੰ ਇਨਸਾਨ ਵੀ ਮੰਨਿਆ ਜਾਂਦਾ ਕਿ ਨਹੀਂ, ਜਦੋਂ ਕਿ ਹਰ ਪਿਓ, ਹਰ ਪੁੱਤਰ, ਹਰ ਪਤੀ ਸੜਕਾਂ ਤੇ ਨਿਕਲੇ ਸਨ, ਫਿਰ ਵੀ ਕੋਈ ਸੁਣਵਾਈ ਨਾ ਹੋਈ। ਪਰ ਜਦ 2010 ਤੁਸੀਂ ਸਾਲ ਵੇਖ ਲਓ ਕਿੰਨੇ, ਤੇ ਉਦੋਂ ਫਿਰ ਅਖੀਰ 18 ਸਾਲਾਂ ਬਾਅਦ ਸੁਣਵਾਈ ਹੋਈ, ਅਮਰੀਕਾ ਨੇ ਇਸ਼ੂ ਚੱਕਿਆ, ਉਹਨਾਂ ਨੇ ਫਿਰ ਕਿਹਾ ਕਿ ਇਹ ਜੁਰਮਾਂ ਦੀ ਗਿਣਤੀ ਜਿੰਨੀ ਹੋ ਰਹੀ ਹੈ, ਸਾਹਮਣੇ ਜੋ ਲਿਆ ਰਹੇ ਹੋ ਉਹਨੂੰ ਜ਼ਰਾ ਲਫ਼ਜ਼ ਸੁਣਿਓ, 60 ਨਾਲ ਜ਼ਰਬ ਕਰ ਲਓ, ਯਾਨੀ ਜਿੰਨੀ ਵੀ ਤੁਸੀਂ ਦੇਖ ਰਹੇ ਹੋ ਉਹਨੂੰ ਮਲਟੀਪਲਾਈ 60 ਨਾਲ ਕਰੋ, ਜੋ ਤੁਸੀਂ ਇੰਟਰਨੈਸ਼ਨਲ ਲੈਵਲ ਤੇ ਫਿਗਰਸ ਕੱਢ ਰਹੇ ਹੋ ਇੰਨੀਆਂ ਨਹੀਂ ਹਨ, ਉਸ ਤੋਂ ਕਿਤੇ ਵੱਧ ਨਾਲ 60 ਟਾਈਮਸ ਨੇ ਤੁਸੀਂ ਜੋ ਲੁਕਾ ਰਹੇ ਹੋ, ਇੰਨਾ ਜ਼ੁਲਮ ਨਾ ਕਰੋ, ਇਹ ਅੰਤਰਰਾਸ਼ਟਰੀ ਪੱਧਰ ਤੇ ਆਵਾਜ਼ ਚੁੱਕੇਗੀ। ਉਦੋਂ ਇੰਨੇ ਬਦਤਰ ਹਾਲਾਤ ਹੋ ਗਏ ਸਨ ਕਿ ਮੁੰਡੇ ਵੀ ਛੱਡੇ ਨਹੀਂ ਸੀ ਜਾ ਰਹੇ, ਨਾਬਾਲਗ ਬੇਟੇ ਵੀ, ਉਹਨਾਂ ਨੂੰ ਵੀ ਸੈਕਸ ਟ੍ਰੇਡ ਵੱਲ ਧੱਕ ਦਿੱਤਾ ਗਿਆ, ਬੇਅੰਤ ਜ਼ੁਲਮ ਕੀਤਾ ਉਦੋਂ, ਸਿਰਫ ਨਾਮ ਐਥਨਿਕ ਕਲੀਨਜ਼ਿੰਗ ਦਾ। ਇਹ ਨਸਲ ਕੁਸ਼ੀ ਸਾਨੂੰ ਪਤਾ ਹੈ ਕਿ 84 ਵਿੱਚ ਵੀ ਇਹੋ ਚੀਜ਼ ਕਹਿ ਕੇ ਕੀਤੀ ਗਈ ਸੀ, ਕੋਈ ਲੁਕਾ ਨਹੀਂ ਹੈ। ਪਰ ਜੇ ਗੱਲ ਕਰੀਏ ਅੱਗੋਂ ਹੋਰ, ਤਾਂ ਤੁਸੀਂ ਕਿਉਂਕਿ ਇਸ ਨੂੰ ਮੈਂ ਹੁਣ ਇੰਟਰਨੈਸ਼ਨਲ ਥੋੜੇ ਜਿਹੇ ਫਿਗਰਸ ਦੇਵਾਂਗੀ ਕਿ ਸਿਰਫ ਇੱਕ ਭਾਰਤ ਜਾਂ ਬੋਸਨੀਆ ਤੱਕ ਨਹੀਂ, ਕਿਵੇਂ ਜਿੱਥੇ ਵੀ ਕਿਤੇ ਫੌਜੀ ਅਟੈਕਸ ਹੁੰਦੇ ਨੇ, ਕਿਉਂ ਉਸ ਹਮੇਸ਼ਾ ਇਸ ਥਾਂ ਨੂੰ ਇੱਕ ਬਲਾਤਕਾਰ ਨੂੰ ਇੱਕ ਹਥਿਆਰ ਵਜੋਂ ਵਰਤਿਆ ਜਾਣ ਲੱਗ ਗਿਆ, ਜਿੱਥੇ ਔਰਤਾਂ ਨੂੰ ਸਿਰਫ ਤੇ ਸਿਰਫ ਇਹ ਕਹਿ ਕੇ ਕਿ ਅਸੀਂ ਆਪਣੀ ਸਰੀਰਕ ਭੁੱਖ ਮਿਟਾਉਣੀ ਹੈ, ਨਾਮ ਉਹਦਾ ਦੇ ਦਿੱਤਾ ਗਿਆ ਕਿ ਅਸੀਂ ਜੈਨੇਟਿਕ ਚੇਂਜ ਲੈ ਕੇ ਆਣੀ ਹੈ, ਇੱਥੇ ਰਹਿਣ ਹੀ ਨਾ। ਸੋ ਉਸ ਸਦਕਾ ਇੱਕ ਸੀਮਾ ਕਾਜ਼ੀ ਸੀ ਜਿਸਨੇ ਇੰਟਰਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਦੇ ਵਿੱਚ ਆਪਣੀ ਰਿਪੋਰਟ ਸੌਂਪੀ ਜੋ ਅੱਖਾਂ ਖੋਲਣ ਵਾਲੀ ਹੈ। ਉਸਨੇ ਰਿਕਾਰਡ ਕੀਤੀਆਂ ਸਾਰੀਆਂ ਸਟੇਟਮੈਂਟਸ, ਤਾਂ ਤੁਸੀਂ ਹੁਣ ਸੁਣੋ ਜਿਹੜੇ ਉਹਨਾਂ ਦੀਆਂ ਆਪਣੀਆਂ ਜਿਹੜੀਆਂ ਸ਼ਿਕਾਰ ਹੋਈਆਂ ਸੀ ਬੇਟੀਆਂ,
ਤੇ ਜਿਹੜੇ ਫੌਜੀ ਅਫਸਰ ਸੀ ਉਹਨਾਂ ਦੀਆਂ ਸਟੇਟਮੈਂਟਸ ਰਿਕਾਰਡ ਕਰਕੇ ਯੂਐਨ ਦੇ ਵਿੱਚ ਦਿੱਤੀਆਂ ਗਈਆਂ। ਉਹ ਸਟੇਟਮੈਂਟਸ ਦੇ ਅਕੋਰਡਿੰਗਲੀ ਸਨ ਕਿ ਉਹ ਫੌਜੀ ਮੰਨੇ ਕਿ ਅਸੀਂ ਵਾਕਈ ਬਲਾਤਕਾਰ ਬੇਅੰਤ ਕੀਤੇ ਨੇ, ਗਿਣਤੀ ਵੀ ਨਹੀਂ, ਇਹ ਉਹਨਾਂ ਦੇ ਸ਼ਬਦ ਸੀ ਕਿ ਗਿਣਤੀ ਹੀ ਨਹੀਂ ਜਿੰਨੇ ਕੀਤੇ ਨੇ, ਤੇ ਉਹ ਵੀ ਸੀਨੀਅਰ ਆਫਿਸਰ ਤੱਕ ਸ਼ਾਮਲ ਸਨ ਫੌਜੀ ਜਿਹੜੇ ਵਿੱਚ ਜਿਨ੍ਹਾਂ ਨੇ ਕੀਤੇ। ਤੇ ਉਹਦੇ ਵਿੱਚ ਜੋ ਦਿਲ ਕੰਬਾਊ ਅੰਕੜੇ, ਉਹਨਾਂ ਨੇ ਕਿਹਾ ਕਿ ਅਸੀਂ ਕੁੜੀਆਂ ਦੇ ਹੋਸਟਲ ਨੂੰ ਹਰਮ ਬਣਾ ਕੇ ਰੱਖ ਲਿਆ, ਯਾਨੀ ਹਰਮ ਬਣਾ ਦਿੱਤਾ ਸੀ, ਉਹਨਾਂ ਨੂੰ ਨਿਕਲਣ ਨਹੀਂ ਸੀ ਦਿੰਦੇ। ਤੇ 10-10 ਫੌਜੀ ਇੱਕ ਕਮਰੇ ਚ ਵੜ ਜਾਂਦੇ ਸੀ, ਜੋ ਹਾਲ ਕੀਤਾ ਜਾਂਦਾ ਸੀ ਉਹ ਉਹਨਾਂ ਦੀ ਸਟੇਟਮੈਂਟਸ ਰਿਕਾਰਡ ਕੀਤੀਆਂ ਕਿ ਹੁਣ ਸਾਡਾ ਜ਼ਮੀਰ ਜਾਗਿਆ, ਇਸ ਨੂੰ ਅਸੀਂ ਹੁਣ ਤਾਂ ਬੋਲ ਰਹੇ ਹਾਂ ਕਿ ਉਹ ਸਾਡੇ ਤੋਂ ਗਲਤ ਕੰਮ ਹੋ ਗਿਆ ਸੀ, ਪਰ ਉਦੋਂ ਤਾਕਤ ਦਾ ਨਸ਼ਾ ਸੀ, ਸਾਨੂੰ ਇਸ ਚੀਜ਼ ਦਾ ਖਿਆਲ ਨਹੀਂ ਰਿਹਾ। ਬਿਲਕੁਲ ਇਸੇ ਤਰ੍ਹਾਂ ਉਹਨਾਂ ਨੇ ਸਪਸ਼ਟ ਕੀਤਾ ਸੀ, ਸਾਨੂੰ ਹੁਕਮ ਸੀ ਸੀਨੀਅਰ ਆਫਿਸਰਸ ਵੱਲੋਂ ਕਿ ਜਦ ਤੱਕ ਪ੍ਰੈਗਨੈਂਟ ਨਾ ਹੋਣ ਉਦੋਂ ਤੱਕ ਛੱਡਣਾ ਨਹੀਂ, ਕਿਉਂਕਿ ਅਸੀਂ ਅੱਗੋਂ ਨਵੀਂ ਪਨੀਰੀ ਦੀ ਨਸਲ ਕੁਸ਼ੀ ਕਰਨੀ। ਇਹ ਸਟੇਟਮੈਂਟ ਰਿਕਾਰਡ ਹੈਗਾ ਸਾਡੇ ਕੋਲ ਜਿਹੜਾ ਯੂਐਨ ਵਿੱਚ ਗਿਆ। ਸੀਮਾ ਕਾਜ਼ੀ ਦੀ ਰਿਪੋਰਟ ਕੋਈ ਵੀ ਪੜ੍ਹ ਸਕਦਾ, ਜਿਹੜਾ ਦੇਖ ਸਕਦੇ ਹਾਂ ਕੀ ਹੋਇਆ। ਹੁਣ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਤਾਂ ਬੁਰਦਵਾਨ ਦੀ ਯੂਨੀਵਰਸਿਟੀ ਵਿੱਚ ਇੱਕ ਡਾਕਟਰ ਮਾਇਤੀ ਸੀ, ਜਿਨ੍ਹਾਂ ਨੇ ਫਿਰ ਇਸੇ ਤਰ੍ਹਾਂ ਰਿਪੋਰਟ ਪਬਲਿਸ਼ ਕੀਤੀਆਂ, ਜਿਹੜੀਆਂ ਕਿ ਇੰਜੀ ਸ਼ਿਕਾਰ ਹੋਈਆਂ ਬੇਟੀਆਂ ਸਨ ਉਹਨਾਂ ਨੇ ਵੀ ਦੱਸਿਆ ਕਿ ਕਿਵੇਂ ਨਾ ਸਿਰਫ ਜੰਗਾਂ ਵਿੱਚ ਬਲਕਿ ਆਪਸੀ ਦੁਸ਼ਮਣੀਆਂ ਵਿੱਚ ਵਿਸ਼ਵ ਪੱਧਰ ਤੇ ਜਿੱਥੇ ਵੀ ਕਿਤੇ ਮੌਕਾ ਲੱਗਦਾ ਹੈ, ਕੋਈ ਵੀ ਭਾਵੇਂ ਪੁਲਿਸ ਦੇ ਅੰਦਰ ਜਬਰੀ ਹੋਏ ਜੇਲ੍ਹਾਂ ਵਿੱਚ ਹੋਣ, ਮੈਂ ਇੰਟਰਨੈਸ਼ਨਲ ਲੈਵਲ ਦੀ ਗੱਲ ਕਰ ਰਹੀ ਹਾਂ, ਜੇਲ੍ਹਾਂ ਵਿੱਚ ਕੈਦ ਔਰਤਾਂ ਦੁਨੀਆ ਦੇ ਕਿਸੇ ਹਿੱਸੇ ਵਿੱਚ ਵੀ ਹੋਣ, ਇਹ ਉਹਦੀ ਸਟੇਟਮੈਂਟ ਹੈ ਕਿ ਇਸ ਕਦਰ ਨਿਰਾਦਰ ਵੀ ਸਹਿੰਦੀਆਂ ਨੇ, ਸਰੀਰਕ ਸ਼ੋਸ਼ਣ ਵੀ ਸਹਿੰਦੀਆਂ ਨੇ, ਸੁਣਵਾਈ ਵੀ ਨਹੀਂ, ਜਬਰੀ ਡਰੱਗਸ ਦੇ ਕੇ ਵੀ ਉਹਨਾਂ ਨਾਲ ਸੰਬੰਧ ਬਣਾਏ ਜਾਂਦੇ ਨੇ। ਸੋ ਅੱਤ ਦਾ ਜ਼ੁਲਮ ਉਹ ਜੇਲ੍ਹਾਂ ਦੇ ਵਿੱਚ ਜੋ ਸਹਿ ਰਹੀਆਂ ਨੇ ਉਹਦੇ ਲਈ ਇਸ ਇੱਕ ਔਰਤ ਨੇ ਜੋ ਡਾਕਟਰ ਮਾਇਤੀ ਨੇ ਜਿਸ ਤਰੀਕੇ ਦੇ ਫਿਗਰ ਸਾਹਮਣੇ ਲਿਆ ਕੇ ਧਰੇ ਉਹ ਵੀ ਦਿਲ ਕੰਬਾਊ ਸਨ। ਜੇ 2021 ਦੀ ਇੱਕ ਰਿਪੋਰਟ ਮੈਂ ਜ਼ਰੂਰ ਦੱਸਣਾ ਚਾਹੁੰਦੀ ਹਾਂ, ਉਸ ਤੋਂ ਬਾਅਦ ਗੱਲ ਕਰਾਂਗੇ ਕਿ ਕਿਵੇਂ ਇਹਨਾਂ ਔਰਤਾਂ ਨੇ ਵੀ ਹੌਲੀ ਹੌਲੀ ਵਾਪਸ ਜ਼ਿੰਦਗੀ ਵੱਲ ਕਿਵੇਂ ਤੁਰੀਆਂ, ਤੇ ਕਿਵੇਂ ਮਦਦ ਕਰਨ ਵਿੱਚ ਵੀ ਉਹਨਾਂ ਦੇ ਭਰਾ, ਉਹਨਾਂ ਦੇ ਪਿਤਾ ਜਾਂ ਹੋਰ ਸਾਡੇ ਹੀ ਮੇਲ ਕਾਊਂਟਰ ਪਾਰਟ ਜਿਨ੍ਹਾਂ ਨੇ ਹਿੰਮਤ ਵਿਖਾਈ ਇਹਨਾਂ ਨਾਲ ਖੜੇ ਹੋਈਆਂ, ਪਰ ਉਹ ਕਿੰਨਾ ਔਖਾ ਸੀ ਉਸ ਸਮੇਂ ਕਿ 2021 ਜਿੱਥੇ ਆਦਿਵਾਸੀ ਬੇਟੀਆਂ ਦੇ ਨਾਲ ਜਿਹੜੀਆਂ ਕਿ ਘੱਟ ਗਿਣਤੀ ਨੇ ਉਹਨਾਂ ਨਾਲ ਕਿਸ ਤਰੀਕੇ ਦਾ ਸ਼ੋਸ਼ਣ ਕੀਤਾ ਜਾਂਦਾ। ਜੇ ਮੈਂ ਉਹ ਗੱਲ ਇਸੇ ਮਹੀਨੇ ਦੇ ਜਿਹੜਾ ਅਗਸਤ ਮਹੀਨੇ ਦੇ ਛੱਤੀਸਗੜ੍ਹ ਦੇ ਬੀਜਾਪੁਰ ਜੋ ਥਾਂ ਹੈ ਉਹਦੇ ਵਿੱਚ ਸਪੈਸ਼ਲ ਫੋਰਸ ਦੇ ਜਵਾਨਾਂ ਨੇ ਜੋ ਕੀਤਾ ਦੱਸਣਾ ਚਾਹੁੰਦੀ ਹਾਂ। ਰਾਤ ਨੂੰ ਘਰ ਸੁੱਤੀ ਪਈ ਬੇਟੀ ਸੀ, ਨਾਬਾਲਗ ਬੇਟੀ, ਜਿਸ ਦਾ ਚੁੱਕ ਕੇ ਲੈ ਗਏ ਕਿ ਅਸੀਂ ਫੌਜ ਚਾਂ ਅਸੀਂ ਤੁਹਾਡੀ ਇਨਕੁਆਇਰੀ ਕਰਨੀ ਹੈ, ਤੇ ਕਹਿ ਕੇ ਜਿਸ ਤਰੀਕੇ ਰਾਤ ਉਹਦਾ ਵੀ ਸਮੂਹਕ ਬਲਾਤਕਾਰ ਹੋਇਆ, ਜਿਵੇਂ ਵੱਢ ਟੁੱਕ ਕੇ ਉਸਦੇ ਨਾਲ, ਸਪੈਸ਼ਲ ਚੀਜ਼ ਦੱਸਣਾ ਚਾਹੁੰਦੀ ਹਾਂ। ਨਾਬਾਲਗ ਬੇਟੀ ਸੀ, ਛਾਤੀਆਂ ਵੱਢ ਕੇ ਮਾਰਿਆ, ਯਾਨੀ ਬ੍ਰੈਸਟ ਕੱਟ ਦਿੱਤੇ ਉਸਤੇ, ਇੰਨਾ ਜ਼ੁਲਮ ਢਾ ਕੇ, ਫਿਰ ਉਸਨੂੰ ਪੱਟਾਂ ਤੇ ਹੱਥਾਂ ਨੂੰ ਤੇਜ਼ ਧਾਰ ਹਥਿਆਰਾਂ ਨਾਲ ਪਹਿਲਾਂ ਚੀਰੇ ਦਿੱਤੇ, ਫਿਰ ਉਹਦੀ ਲਾਸ਼ ਜੋ ਮਿਲੀ ਹੈ ਪੈਰ ਵੀ ਵੱਢੇ ਹੋਏ ਸੀ, ਹੱਥ ਵੀ ਵੱਢੇ ਹੋਏ ਸੀ। ਯਾਨੀ ਇਸ ਤਰੀਕੇ ਨਿਰਵਸਤਰ ਕਰਕੇ ਇੱਕ ਨਿਹੱਥੀ ਕੁੜੀ ਨਾਲ 27 ਜਣਿਆਂ ਨੇ ਉਦੋਂ ਵੀ ਬਲਾਤਕਾਰ ਕਰਕੇ ਇਹਦਾ ਹਾਲ ਇਸ ਤਰ੍ਹਾਂ ਛੱਡਿਆ। ਮੈਂ ਤੁਹਾਨੂੰ ਅਗਸਤ 2021 ਦੀ ਗੱਲ ਦੱਸ ਰਹੀ ਹਾਂ, ਇਹ ਸਾਡਾ ਅੱਜ ਦੇ ਦਿਨ ਜਦੋਂ ਅਸੀਂ ਚੰਨ ਤੇ ਪਹੁੰਚਣ ਦੀਆਂ ਗੱਲਾਂ ਕਰਦੇ ਹਾਂ ਜਾਂ ਵਿਸ਼ਵ ਪੱਧਰ ਤੇ ਔਰਤਾਂ ਨੂੰ ਉਹਨਾਂ ਦੇ ਹੱਕਾਂ ਦੇ ਮਿਲਣ ਦੀ ਗੱਲ ਕਰਦੇ ਹਾਂ, ਤਾਂ ਇਹ ਵਹਿਸ਼ੀ ਦਰਿੰਦੇ, ਦੱਸੋ ਆਪਾਂ ਕੀ ਇਹਨਾਂ ਦੀ ਗੱਲ ਕਰੀਏ ਜਿੱਥੇ ਇਸ ਹੱਦ ਤੱਕ ਕਿ ਆਪਣੀ ਹੀ ਮਾਂ ਦੀ ਜ਼ਾਤ ਨਾਲ ਇੰਨਾ ਤਸ਼ੱਦਦ, ਇੰਨਾ ਕਹਿਰ ਢਾ ਰਹੇ ਹੋਣ, ਤਾਂ ਤੁਸੀਂ ਸਮਝ ਸਕਦੇ ਹੋ ਕਿ ਕਿਸ ਪਾਸਿਓਂ ਅਸੀਂ ਕਹਿੰਦੇ ਹਾਂ ਕਿ ਔਰਤ ਅੱਜ ਵਾਕਈ ਬਰਾਬਰੀ ਦੀ ਜ਼ਿੰਦਗੀ ਜੀ ਰਹੀ ਹੈ, ਜਾਂ ਕੁੱਝ 1-2% ਜਿੱਥੇ ਅਸੀਂ ਗੱਲ ਕਰਦੇ ਹਾਂ ਕਿ ਕੁੱਝ ਚੋਟੀ ਤੇ ਪਹੁੰਚੀਆਂ ਨੇ ਬੇਟੀਆਂ, ਜਾਂ ਸਾਡੀਆਂ ਮਾਵਾਂ ਜੋ ਉੱਚ ਅਹੁਦਿਆਂ ਤੇ, ਜਿੱਥੇ ਭਾਵੇਂ ਪ੍ਰਾਈਮ ਮਿਨਿਸਟਰ ਹੋਣ, ਪ੍ਰੈਜ਼ੀਡੈਂਟ ਹੋਣ, ਜਾਂ ਸਪੋਰਟਸ ਪਰਸਨ ਹੋਣ, ਜਾਂ ਬਿਜ਼ਨਸ ਟਾਈਕੂਨ ਹੋਣ, ਜਾਂ ਮੀਡੀਆ ਵਿੱਚ ਪਹੁੰਚੀਆਂ ਹੋਣ ਕਿਤੇ ਵੀ, ਜਾਂ ਐਡਵੋਕੇਟਸ ਹੋਣ, ਜੱਜ ਹੋਣ, ਪਰ ਉਸੇ ਦੀ ਹੀ ਜਿਨਸ ਨੂੰ ਜਦੋਂ ਦੂਸਰੇ ਪਾਸੇ ਇਸ ਹੱਦ ਤੱਕ ਤਸ਼ੱਦਦ ਸਹਿਣਾ ਪੈ ਰਿਹਾ ਹੋਵੇ, ਫਿਰ ਇੱਕ ਫਿਗਰ ਜੋ ਹੋਰ ਮੈਂ ਤੁਹਾਨੂੰ ਅੱਜ ਸ਼ੇਅਰ ਕਰਨਾ ਚਾਹੁੰਦੀ ਹਾਂ, ਜਿੱਥੇ
ਇੰਟਰਨੈਸ਼ਨਲ ਵੁਮਨ ਰਾਈਟਸ ਦੇ ਵੱਲੋਂ ਜਿੱਥੇ ਆਵਾਜ਼ ਚੁੱਕੀ ਗਈ ਯੂਨਾਈਟਿਡ ਨੇਸ਼ਨਸ ਵਿੱਚ, ਉਹਦੇ ਵਿੱਚ ਵੀ ਇਹੀ ਸਟੇਟਮੈਂਟ ਮਿਲੀ ਕਿ ਵਿਕਸਿਤ ਮੁਲਕਾਂ ਵਿੱਚ ਵੀ ਘਰੇਲੂ ਹਿੰਸਾ ਸਹਿ ਰਹੀਆਂ ਔਰਤਾਂ ਦੀ ਗਿਣਤੀ, ਤੁਸੀਂ ਹੈਰਾਨ ਹੋਵੋਗੇ ਜੇ ਮੈਂ ਦੱਸਾਂਗੀ, ਇੰਟਰਨੈਸ਼ਨਲ ਲੈਵਲ ਤੇ ਵਿਕਸਿਤ ਮੁਲਕਾਂ ਵਿੱਚ ਵੀ 25 ਤੋਂ ਲੈ ਕੇ 38% ਨੇ ਔਰਤਾਂ ਅੱਜ ਜਿਹੜੀਆਂ ਉੱਥੇ ਵੀ ਘਰੇਲੂ ਹਿੰਸਾ ਦੀਆਂ ਸ਼ਿਕਾਰ ਹੋ ਰਹੀਆਂ ਨੇ, ਤਸ਼ੱਦਦ ਸਹਿ ਰਹੀਆਂ ਨੇ, ਜਿਨ੍ਹਾਂ ਵਿੱਚੋਂ 1 in 3, ਜ਼ਰਾ ਹਿਸਾਬ ਲਾ ਲਓ, ਮੈਂ ਗੱਲ ਕਰ ਰਹੀ ਹਾਂ ਅਮਰੀਕਾ, ਕੈਨੇਡਾ, ਯੂਰਪ ਵਰਗੇ ਮੁਲਕਾਂ ਦੀ, 1 in 3 ਨੇ ਜਿਨ੍ਹਾਂ ਨੂੰ ਭੱਦੀ ਛੇੜਛਾੜ ਦਾ ਸਾਹਮਣਾ ਕਰਨਾ ਪੈਂਦਾ, ਜਿਨ੍ਹਾਂ ਵਿੱਚ ਪਾਰਲੀਮੈਂਟੇਰੀਅਨਸ ਵੀ ਸ਼ਾਮਲ ਨੇ ਉਹਨਾਂ ਮੁਲਕਾਂ ਦੀਆਂ, ਜਿਨ੍ਹਾਂ ਵਿੱਚੋਂ 80% ਨੇ ਕਿਹਾ ਕਿ ਸਾਨੂੰ ਕਮੈਂਟਸ ਮਾੜੇ ਦਿੱਤੇ ਜਾਂਦੇ ਨੇ, ਸਾਡੀ ਡਰੈਸ ਤੇ ਬੋਲਦੇ ਨੇ, ਜਾਂ ਸਾਡੇ ਸੈਕਸ ਦੇ ਸੈਕਸਿਸਟ ਰਿਮਾਰਕਸ ਦਿੱਤੇ ਜਾਂਦੇ ਨੇ, ਉਹ ਵੀ ਸਾਡੇ ਮੇਲ ਕਾਊਂਟਰ ਪਾਰਟਸ, ਮੇਲ ਪਾਰਲੀਮੈਂਟੇਰੀਅਨਸ ਨਾਲ। ਤਾਂ ਤੁਸੀਂ ਸਮਝ ਸਕਦੇ ਹੋ ਕਿ ਔਰਤ ਦੀ ਲੜਾਈ ਅਜੇ ਜਾਰੀ ਰਹਿਣ ਵਾਲੀ ਹੈ। ਬਿਲਕੁਲ ਸੋ ਗੱਲ ਇਹ ਸੀ ਕਿ ਮੈਂ ਤਾਂ ਇਹਨਾਂ ਚੀਜ਼ਾਂ ਦੀ ਗੱਲ ਛੇੜੀ ਕਿ ਇਹ ਭਾਵੇਂ ਪੁਰਾਣੇ ਸਮਿਆਂ ਤੋਂ ਸਤੀ ਹੋਣ ਦੀ ਗੱਲ ਸੀ, ਜਾਂ ਤੁਸੀਂ ਦੇਖ ਹੀ ਸਕਦੇ ਹੋ ਕਿ ਮੰਦਿਰਾਂ ਵਿੱਚ ਦੇਵਦਾਸੀਆਂ ਬਣਾ ਕੇ ਕਿਸ ਤਰੀਕੇ ਬਿਲਕੁਲ ਤਸ਼ੱਦਦ ਢਾਏ ਗਏ ਤੋਂ ਲੈ ਕੇ ਹੁਣ ਤੱਕ ਵੀ ਵਿਧਵਾ ਔਰਤਾਂ ਨੂੰ ਜੋ ਜ਼ਿੰਦਗੀ ਬਿਤਾਉਣੀ ਪੈਂਦੀ ਹੈ, ਉਹ ਕਿਸੇ ਤੋਂ ਲੁਕੀ ਨਹੀਂ ਕਿ ਸਮਾਜ ਦੀ ਜਿਹੜੀ ਭੈੜੀ ਨਜ਼ਰ ਦਾ ਸ਼ਿਕਾਰ ਤਾਂ ਹੁੰਦੀਆਂ ਹੀ ਨੇ, ਤੇ ਨਾਲੋ ਨਾਲ ਜਿਵੇਂ ਉਹਨਾਂ ਨੂੰ ਇਹ ਸਮਝ ਲਿਆ ਜਾਂਦਾ ਹੈ ਕਿ ਇਹ ਤਾਂ ਹੁਣ ਵਰਤਣ ਵਾਲੀ ਸ਼ੈ ਬਣ ਚੁੱਕੀ ਹੈ, ਇਹਦੀ ਕੋਈ ਸੋਚ ਤਾਂ ਜਾਂ ਇਹਦੀ ਕੋਈ ਹਾਂ ਦਾ ਤਾਂ ਸਾਨੂੰ ਮਤਲਬ ਹੀ ਨਹੀਂ ਹੈ, ਨਾ ਵੀ ਕਰਦੀ ਹੈ ਤਾਂ ਸਾਡਾ ਫਰਜ਼ ਹੈ, ਭਾਵੇਂ ਤੇਜ਼ਾਬ ਪਾ ਕੇ ਲਓ ਤੇ ਭਾਵੇਂ ਸਾੜ ਦਿਓ ਮਾਰ ਦਿਓ, ਪਰ ਇਹ ਸਾਡੀ ਹੈ, ਸਾਡਾ ਹੱਕ ਹੈ। ਯਾਨੀ ਇਸ ਤਰੀਕੇ ਦਾ ਜੋ ਸੋਚ ਸਮਾਜ ਦੀ ਹੈ, ਉਹਦੇ ਵਿੱਚੋਂ ਇੱਕ ਵਿਕਰਾਲ ਰੂਪ ਦੇਖਦਿਆਂ ਜਿਵੇਂ ਔਰਤ ਨੇ ਹੁਣ ਆਵਾਜ਼ ਚੁੱਕੀ, ਮਿਸਾਲ ਵਜੋਂ ਬ੍ਰਿਟੇਨ ਵਿੱਚ ਜੇ ਉਹ ਨਿੱਤਰੀ ਸੀ ਤਾਂ ਹੀ ਉਹਨੂੰ ਵੋਟਾਂ ਪਾਉਣ ਦਾ ਹੱਕ ਮਿਲਿਆ। ਅੱਜ ਦੇ ਪ੍ਰੋਗਰਾਮ ਦਾ ਮਕਸਦ ਇਹ ਨਹੀਂ ਸੀ ਕਿ ਮੈਂ ਕਿਸੇ ਵੀ ਪਾਸਿਓਂ ਕਿਸੇ ਨੂੰ ਧਾਰਾਸ਼ਾਹੀ ਕਰਨਾ ਹੋਏ, ਪਰ ਇਸ ਇੰਨੇ ਤਸ਼ੱਦਦ, ਉਹ ਵੀ ਇੰਨੀਆਂ ਸਦੀਆਂ ਤੋਂ ਸਹਿੰਦੀ ਔਰਤ ਨੂੰ, ਕਦੇ ਤਾਂ ਆਪਣੇ ਹੱਕਾਂ ਲਈ ਆਵਾਜ਼ ਚੁੱਕਣੀ ਚਾਹੀਦੀ ਹੈ। ਤੇ ਉਸੇ ਬਿਲਕੁਲ ਸਦਕਾ ਮੈਂ ਅੱਜ ਇਹ ਜ਼ਿਕਰ ਕੀਤਾ ਸੀ ਕਿ ਕਿਵੇਂ ਦੁਨੀਆ ਭਰ ਵਿੱਚੋਂ ਮੀ ਟੂ ਦੀ ਆਵਾਜ਼ ਜਦੋਂ ਉੱਠੀ ਸੀ, ਉਹਦਾ ਮਤਲਬ ਵੀ ਇਹੋ ਸੀ ਕਿ ਭਾਈ ਮੇਰੇ ਨਾਲ ਇਹ ਜ਼ੁਲਮ ਹੋਇਆ, ਮੈਂ ਉਦੋਂ ਆਵਾਜ਼ ਨਹੀਂ ਸੀ ਚੁੱਕ ਸਕੀ, ਪਰ ਅੱਜ ਮੇਰੇ 'ਚ ਦਮ ਹੈ, ਮੈਂ ਆਵਾਜ਼ ਚੁੱਕ ਸਕਦੀ। ਚੁੱਕ ਤੋ ਇਸੇ ਤਰ੍ਹਾਂ ਮੇਰਾ ਖਿਆਲ ਹੈ ਕਿ ਜਿਵੇਂ ਬਹੁਤ ਸਾਰੇ ਸਾਡੇ ਮੇਲ ਕਾਊਂਟਰ ਪਾਰਟ ਸ਼ੁਰੂ ਹੋਏ ਨੇ, ਸਾਡੀਆਂ ਬੇਟੀਆਂ ਨੂੰ ਵੀ ਖੜੇ ਹੋਣਾ ਪਏਗਾ ਹੁਣ, ਕਿ ਜਿਹੜੀਆਂ ਘਰਾਂ ਦੇ ਵਿੱਚ ਤਸ਼ੱਦਦ ਸਹਿ ਰਹੀਆਂ ਨੇ, ਆਪਣੇ ਚਾਚੇ ਤਾਇਆਂ ਹੱਥੋਂ ਸ਼ਿਕਾਰ ਹੋ ਰਹੀਆਂ ਨੇ ਤੇ ਚੁੱਪ ਨੇ, ਉਹਨਾਂ ਨੂੰ ਵੀ ਚੁੱਪੀ ਤੋੜਨੀ ਪੈਣੀ ਹੈ। ਘਰਾਂ ਵਿੱਚ ਮਾਵਾਂ ਨੂੰ ਇੱਕ ਪੋਜ਼ਿਟਿਵ ਰੋਲ ਅਦਾ ਕਰਨਾ ਪੈਣਾ ਹੈ ਕਿ ਬਈ ਮੇਰੀ ਬੇਟੀ ਤੇ ਜੇ ਜ਼ੁਲਮ ਹੋ ਰਿਹਾ ਤਾਂ ਬਿਲਕੁਲ ਮੈਂ ਬਰਦਾਸ਼ਤ ਨਹੀਂ ਕਰਾਂਗੀ। ਸੋ ਜਦੋਂ ਅਸੀਂ ਇਹ ਸਟੈਪ ਜਦ ਤੱਕ ਨਹੀਂ ਲੈਂਦੇ ਸਮਾਜਿਕ ਸ਼ਰਮ ਨੂੰ ਛੰਡ ਕੇ, ਬਈ ਇਹ ਆਪਣੇ ਆਪ ਤੇ ਜ਼ੁਲਮ ਕਰਵਾਉਣਾ ਤੇ ਸਮਾਜ ਵੱਲੋਂ ਸਾਡੇ ਤੇ ਹੀ ਲਾਂਛਣ ਲੱਗਣੇ, ਕੋਈ ਗੱਲ ਨਹੀਂ, ਉਹ ਵਕਤ ਪੁਰਾਣਾ ਸੀ, ਪਰ ਅੱਜ ਅਸੀਂ ਖੜੇ ਹਾਂ ਆਪਣੇ ਖਿਲਾਫ ਹੁੰਦੇ ਜ਼ੁਰਮ ਜ਼ੁਰਮ ਦੇ ਲਈ ਆਵਾਜ਼ ਚੁੱਕਣ ਯੋਗ ਹਾਂ। ਸੋ ਹੁਣ ਸਮਾਂ ਹੈ ਚੁੱਪੀ ਤੋੜੀਏ ਤੇ ਇਹ ਜ਼ੁਲਮ ਸਹਿ ਰਹੀਆਂ ਬੇਟੀਆਂ ਦਾ ਸਹਾਰਾ ਬਣੀਏ। ਬਿਲਕੁਲ ਉਸੇ ਤਰ੍ਹਾਂ ਜਿਵੇਂ ਮੁੰਬਈ ਦੇ ਵਿੱਚ ਦੇਖੋ ਕਿ ਜਿਨ੍ਹਾਂ ਤੇ ਇਸ ਅਟੈਕ ਵਿਕਟਿਮ ਦੀ ਰੈਂਪ ਵਾਕ ਕਰਾਈ ਗਈ ਸੀ, ਅੱਜ ਲੋੜ ਹੈ ਪੰਜਾਬੀਆਂ ਨੂੰ ਵੀ ਖੜੇ ਹੋਣ ਲਈ ਦੁਨੀਆ ਭਰ ਵਿੱਚ, ਕਿ ਜਿਹੜੀਆਂ ਇਸ ਕਿਸਮ ਦੀਆਂ ਜ਼ੁਲਮ ਸਹਿ ਰਹੀਆਂ ਬੇਟੀਆਂ ਨੇ, ਇਹਨਾਂ ਲਈ ਸਪੋਰਟ ਸਿਸਟਮ ਤਿਆਰ ਕਰੀਏ, ਸੈਲਫ ਹੈਲਪ ਗਰੁੱਪਸ ਵੀ ਤਿਆਰ ਹੋਣ, ਜਿੱਥੇ ਬਿਲਕੁਲ ਫਾਈਨੈਂਸ਼ੀਅਲ ਹੈਲਪ ਵੀ ਹੋਏ, ਜਿੱਥੇ ਐਡਵੋਕੇਟ ਵੀਰ ਵੀ ਅੱਗੇ ਆਉਣ, ਜਿੱਥੇ ਸਾਡੀਆਂ ਬੇਟੀਆਂ ਜੋ ਅੱਛੇ ਐਡਵੋਕੇਟ ਬਣ ਚੁੱਕੀਆਂ, ਜੱਜ ਬਣ ਚੁੱਕੀਆਂ, ਉਹ ਵੀ ਸਪੋਰਟ ਲਈ ਨਿਕਲਣ, ਤਾਂ ਯਕੀਨਨ ਅਸੀਂ ਕੁਝ ਪੋਜ਼ਿਟਿਵ ਸਮਾਜ ਨੂੰ ਦੇ ਕੇ ਜਾ ਸਕਾਂਗੇ। ਵਰਨਾ ਜ਼ਿੰਦਗੀ ਤਾਂ ਦੇਖੋ ਨਾ ਇੱਕ ਸਫ਼ਰ ਹੀ ਹੈ ਜਨਮ ਤੋਂ ਮਰਨ ਤੱਕ, ਪਰ ਉਹਨੂੰ ਸਾਰਥਕ ਕਰ ਜਾਈਏ ਤਾਂ ਹੀ ਜੇ ਕਿਸੇ ਹੋਰ ਲਈ ਕੁਝ ਪੋਜ਼ਿਟਿਵ ਕੰਮ ਕਰ ਸਕੀਏ। ਬਿਲਕੁਲ ਹਰਸ਼ੀ, ਬਹੁਤ ਵਧੀਆ ਜਾਣਕਾਰੀ ਤੁਸੀਂ ਅੱਜ ਲੈ ਕੇ ਆਏ। ਮੈਂ ਫੈਕਟਸ ਦੇ ਨਾਲ ਤੁਸੀਂ ਸਾਰੇ ਫਿਗਰਸ ਦਿੱਤੀਆਂ, ਔਰ ਬਹੁਤ ਹੀ ਵਧੀਆ ਮੈਸੇਜ ਇੱਕ ਕਿ ਸਾਨੂੰ ਸਾਰਿਆਂ ਨੂੰ ਖੜੇ ਹੋਣਾ ਚਾਹੀਦਾ, ਔਰ ਖਾਸ ਤੌਰ ਤੇ ਔਰਤਾਂ ਨੂੰ ਕੋਈ ਨਾ ਕੋਈ ਇਹੋ ਜਿਹਾ ਕਦਮ ਚੁੱਕਣਾ ਚਾਹੀਦਾ ਕਿ ਇਸ ਤਰ੍ਹਾਂ ਦੇ ਹੋਰ ਵਾਰਦਾਤਾਂ ਨਾ ਹੋਣ। ਪਰ ਮੇਰੇ ਐਂਡ ਦੇ ਵਿੱਚ ਇੱਕ ਜ਼ਰੂਰ ਸਵਾਲ ਹੈ ਤੁਹਾਨੂੰ ਕਿ ਜਿਹੜਾ ਇਹ ਸਮੂਹਿਕ ਬਲਾਤਕਾਰ ਹੁੰਦਾ ਹੈ, ਜਦੋਂ ਉਹ ਇੰਨੇ ਜਣੇ ਇਕੱਠੇ ਹੁੰਦੇ ਆ, 20 ਹੋ ਗਏ, 25 ਹੋ ਗਏ, ਜਾਂ ਤੁਸੀਂ 36 ਤੱਕ ਦੀ ਫਿਗਰ ਦਿੱਤੀ ਆ, ਕੀ ਉਹ ਸਾਰੇ ਸੇਮ ਟਾਈਮ ਤੇ ਬਿਮਾਰ ਲੋਕ ਹੁੰਦੇ ਨੇ?
ਜਿਹੜੇ ਇਹੋ ਜੀ ਐਕਟੀਵਿਟੀ ਦੇ ਵਿੱਚ ਇਨਵੋਲਵ ਹੋ ਜਾਂਦੇ ਨੇ। ਜੀ, ਕਿਉਂਕਿ ਗੱਲ ਇਸ ਤਰ੍ਹਾਂ ਹੁੰਦੀ ਹੈ ਕਿ ਜਿਹੜੇ ਫੌਜੀ ਜਾਂ ਇਹ ਪੁਲਿਸ ਫੋਰਸ ਉਸ ਥਾਂ ਤੇ ਲਾਈ ਜਾਂਦੀ ਹੈ ਜਿਹੜੀ ਮਹੀਨਿਆਂ ਬੱਧੀ ਕਈ ਵਾਰ ਆਪਣੇ ਫੈਮਿਲੀ ਤੋਂ ਪਰਾਂ ਹੁੰਦੀ ਹੈ। ਸੋ ਜਦੋਂ ਉਹਨਾਂ ਦੇ ਅੰਦਰ ਲਾ, ਕਿਉਂਕਿ ਇਨਸਾਨ ਤੇ ਅਲਟੀਮੇਟਲੀ ਜਾਨਵਰ ਹੈ ਨਾ, ਉੱਪਰ ਮਕੌਟਾ ਹੀ ਚੜ੍ਹਿਆ ਹੋਇਆ ਇਨਸਾਨੀਅਤ ਦਾ, ਤੇ ਜਦੋਂ ਉਹਨੂੰ ਦਿਖਦਾ ਹੈ ਕਿ ਸਾਡੇ ਅੱਗੇ ਕੋਈ ਕਮਜ਼ੋਰ ਪੈ ਗਿਆ ਤਾਂ ਉਹ ਹੈਵਾਨੀਅਤ ਫਿਰ ਉੱਭਰ ਕੇ ਸਾਹਮਣੇ ਆਉਂਦੀ ਹੈ, ਤੇ ਉਹ ਇੱਕ ਦੂਜੇ ਨੂੰ ਹੀ ਆਪਣੇ ਤੋਂ ਵੱਧ ਤਾਕਤਵਰ ਸਾਬਤ ਕਰਨ ਨੂੰ ਕਿ ਮੈਂ ਹਾਂਜੀ ਢਾ ਲਿਆ, ਇੱਕ ਮਜ਼ਲੂਮ ਨੂੰ ਢਾ ਲਿਆ। ਉਹ ਜਿਹੜੀ ਆਪਣੇ ਅੰਦਰਲੇ ਇਨਸਾਨ ਤਾਂ ਉਹ ਰਹਿ ਨਹੀਂ ਨਾ ਜਾਂਦੇ, ਅੰਦਰਲੇ ਹੈਵਾਨ ਨੂੰ ਸਿਰਫ ਉਹ ਪੱਠੇ ਪਾ ਰਹੇ ਹੁੰਦੇ ਨੇ ਉਸ ਹੈਵਾਨ ਨੂੰ। ਤਾਂ ਇਹ ਜਦ ਤੱਕ ਅਸੀਂ ਉਹ ਉੱਪਰਲਾ ਮਕੌਟਾ ਹੈ ਤਾਂ ਆਪਾਂ ਚੰਗੇ ਲੱਗਦੇ ਹਾਂ, ਪਰ ਉਸ ਮਕੌਟੇ ਹੇਠਾਂ ਕਿੰਨੇ ਭਿਆਨਕ ਸਾਡੇ ਤਸਵੀਰ ਇਸ ਵੇਲੇ ਸਾਹਮਣੇ ਨਜ਼ਰ ਆ ਰਹੀ ਹੈ, ਉੱਥੇ ਨੂੰ ਜਗਜ਼ਾਹਰ ਕੀਤਾ। ਹਾਲਾਂਕਿ ਅਸੀਂ ਸਲਿਊਟ ਮਾਰਦੇ ਹਾਂ ਜਦੋਂ ਇਹੀ ਫੌਜੀ ਸਾਡੇ ਵਾਸਤੇ ਮੁਲਕਾਂ ਦੇ ਸਿਰਿਆਂ ਬੈਠ ਕੇ ਸਰਹੱਦਾਂ ਤੇ ਗੋਲੀਆਂ ਖਾ ਕੇ ਆਉਂਦੇ ਨੇ, ਇੱਕ ਪਾਸੇ ਉਹ ਵੀ ਐਗਜ਼ਾਮਪਲ ਹੈ, ਪਰ ਜਦੋਂ ਦੂਜੇ ਪਾਸੇ ਦੇਖਦੇ ਹਾਂ ਕਿ ਇਹੋ ਜਿਹੇ ਵੀ ਹਨ, ਤਾਂ ਜੇ ਆਪਾਂ ਇੱਕ ਪਾਸੇ ਸਲਿਊਟ ਕਰਦੇ ਹਾਂ ਜਾਂ ਉਹਨਾਂ ਨੂੰ ਅਸੀਂ ਬਹੁਤ ਇੱਜ਼ਤ ਮਾਣ ਦਿੰਦੇ ਹਾਂ, ਤਾਂ ਉਸੇ ਪਾਸੇ ਜਿਹੜਾ ਇਹ ਦੂਸਰਾ ਪੱਖ ਹੈ ਇਹਨੂੰ ਅਣਦੇਖਾ ਨਾ ਕਰੀਏ। ਇਹ ਵੀ ਜ਼ਰੂਰੀ ਜੇ ਉਜਾਗਰ ਕਰਨਾ ਤਾਂ ਕਿ ਉਸੇ ਫੌਜ ਦੇ ਵਿੱਚ ਜਿਹੜੇ ਚੰਗੇ ਲੋਕ ਬੈਠੇ ਨੇ ਉਹ ਵੀ ਆਵਾਜ਼ ਚੁੱਕਣ ਕਿ ਭਈ ਇਹ ਸਾਡੇ ਉੱਤੇ ਧੱਬਾ ਲੱਗਣ ਵਾਲਾ ਹੈ। ਸੋ ਇਹੋ ਜਿਹੇ ਲੋਕਾਂ ਨੂੰ ਬਿਲਕੁਲ ਪਾਸੇ ਕਰਨਾ ਚਾਹੀਦਾ, ਪਰ ਵੱਡੀ ਆਵਾਜ਼ ਚੁੱਕਣ ਦੀ ਉਹ ਲੋੜ ਹੈ ਜੋ ਇੰਟਰਨੈਸ਼ਨਲ ਲੈਵਲ ਤੇ ਇਹ ਸਾਨੂੰ ਐਥਨਿਕ ਕਲੀਨਜ਼ਿੰਗ ਦੇ ਨਾਲ ਨਾਲ ਨਸਲਕੁਸ਼ੀ ਵਿੱਚ ਸਿਰਫ ਔਰਤਾਂ ਨੂੰ ਸ਼ਿਕਾਰ ਬਣਾਇਆ ਜਾ ਰਿਹਾ ਹੈ, ਇਹਦੇ ਵਿਰੁੱਧ ਤਗੜੀ ਆਵਾਜ਼ ਚੁੱਕਣ ਦੀ ਲੋੜ ਹੈ। ਬਿਲਕੁਲ, ਬਹੁਤ ਜ਼ਰੂਰੀ ਹੈ। ਹਾਸ਼ੀ, ਇੱਕ ਵਾਰੀ ਫੇਰ ਤੁਹਾਡਾ ਸਮਾਂ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ।